ਕਿਹੜੀ ਗੋ ਉਹ ਭੱਜ ਗਈ ਬਚਾ ਕੇ ਇਹਦਾ ਉਹ ਗੋਲੀ ਭੱਜ ਗਈ ਕਿਸੇ ਦੇ ਗੋਲੀਆਂ ਚਲਾ ਕੇ ਇਹਦੀ ਹੱਤਿਆ ਕੀਤੀ ਹੈ ਔਰ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਅਤੇ ਅਸੀਂ ਐਕਸ਼ਨ ਵੀ ਸ਼ੁਰੂ ਕਰ ਦਿੱਤਾ ਹੈ ਹੋਇਆ ਅਸੀਂ ਮੁਲਜ਼ਮਾਂ ਤੱਕ ਵੀ ਬਹੁਤ ਛੇਤੀ ਪਹੁੰਚ ਜਾਂਦੇ ਮੱਲੀਆਂ ਕਲਾਂ ਪਿੰਡ ਦੇ ਵਿੱਚ ਹੋਇਆ ਔਰ ਚਾਰ ਵਿਅਕਤੀ ਸਵਿਫਟ ਕਾਰ 'ਚ ਆਏ ਆ ਵਾਈਟ ਕਲਰ ਦੀ ਸਵਿਫਟ ਕਾਰ ਸੀ ਉਹਦੇ 'ਚ ਆ ਕੇ ਸੰਦੀਪ ਬੈਠਾ ਮੈਚ ਦੇਖ ਰਿਹਾ ਸੀ ਅਤੇ ਇੱਕਦਮ ਉਹਨਾਂ ਨੇ ਗੋਲੀਆਂ ਛੋੜਨੀ ਸ਼ੁਰੂ ਕਰ ਦਿੱਤੀਆਂ ਔਰ ਮੌਕੇ 'ਤੇ ਨਹੀਂ ਫੈਮਲੀ ਨੇ ਕਿਤੇ ਕੋਈ ਸ਼ੱਕ ਨਹੀਂ ਜ਼ਾਹਰ ਕੀਤਾ ਫੈਮਲੀ ਨੂੰ ਅਸੀਂ ਪੁੱਛਿਆ ਸੀ ਉਹਨਾਂ ਨੇ ਕਿਸੇ ਦਾ ਕੋਈ ਸ਼ੱਕ ਨਹੀਂ ਮਾੜੀ ਘਟਨਾ ਜੀ ਬਿਲਕੁਲ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ ਇੱਕ ਅੱਛਾ ਪਲੇਅਰ ਸੀ ਜਿਹਦੀ ਇਹ ਹੱਤਿਆ ਹੋਈ ਆ ਹੋਰ ਹੈ ਰੋਹਿਤ ਕੁਮਾਰ ਉਹਦੇ ਲੱਤ 'ਤੇ ਲੱਗੀ ਆ ਆਊਟ ਆਫ ਡੇਂਜਰ ਉਹ ਬਿਲਕੁਲ ਠੀਕ ਹੈਗਾ